ਗੱਲ ਬਹੁਤ ਹੀ ਸਤਿਕਾਰਯੋਗ ਹਲਕਾ ਦੇ ਲੰਬੀ ਦੇ ਮੇਰੇ ਸਤਿਕਾਰਯੋਗ ਬਜ਼ੁਰਗੋ, ਨੌਜਵਾਨ ਵੀਰੋ, ਮੇਰੀ ਉਹ ਮਾਤਾ ਉਹ ਭੈਣੋ, ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਫ਼ੀ ਚਾਹੁੰਦਾ ਹੈ, ਅੱਧਾ ਪੌਣਾ ਘੰਟਾ ਲੇਟ ਆਇਆ ਕਿਉਂਕਿ ਮਗਰਲੇ ਪਿੰਡਾਂ 'ਚ ਪਿੰਡਾਂ ਰੱਖੇ ਪ੍ਰੋਗਰਾਮ ਰੱਖੇ ਗਏ ਸੀ। ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ, ਇਹਨਾਂ ਨੂੰ ਨਾਂ ਲਾਉਣ ਨਾਲ ਕੋਈ ਮਤਲਬ ਨਹੀਂ। ਇਲਾਕੇ ਦੀ ਅਗਵਾਈ ਕਰ ਰਹੇ ਸਾਡੇ ਬਜ਼ੁਰਗ ਨੇਤਾ ਸਾਬਕਾ ਮੰਤਰੀ ਦੀਪਿੰਦਰ ਸਿੰਘ ਜੀ ਬਾਦਲ ਸਾਹਿਬ, ਸਾਰੇ ਹੀ ਸਾਥੀਓ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਤੇ ਗਿੱਦੜਬਾ ਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਮਗਰਲੇ 10-12 ਸਾਲ ਤੋਂ। ਹੁਣ ਇਸ ਵਾਰੀ ਮੈਨੂੰ ਮੌਕਾ ਦਿੱਤਾ ਕਿ ਮੈਂ ਦੁਨੀਆਂ ਦੇ ਸਭ ਤੋਂ ਅਮੀਰ ਪੰਜਾਬੀ ਦੇ ਨਾਲ ਇਲੈਕਸ਼ਨ ਲੜਾਂ। ਸਰਦਾਰ ਬਾਦਲ ਦਾ ਪਰਿਵਾਰ ਦੁਨੀਆਂ ਦਾ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਹੈ। ਪੰਜਾਬ ਦਾ ਸਭ ਤੋਂ ਤਾਕਤਵਰ ਪੰਜਾਬ ਦਾ ਕੋਈ ਪਰਿਵਾਰ ਹੈ ਤਾਂ ਸਰਦਾਰ ਬਾਦਲ ਦਾ ਪਰਿਵਾਰ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੈਸੇ ਅੰਨਿਓ, ਮੈਨੂੰ ਲੱਗਦਾ ਕੋਈ ਕਸਰ ਨਹੀਂ ਛੱਡੀ, ਮਾਂ ਦੇ ਪੁੱਤ ਨੇ ਇੰਨਾ ਪੈਸਾ ਧਨ ਦੌਲਤ ਬਣਾਇਆ ਕਿ ਅਗਰ ਮੇਰਾ ਖਿਆਲ ਇੱਕ ਮਹੀਨਾ ਨੋਟਾਂ ਨੂੰ ਅੱਗ ਵੀ ਲਾਈ ਰੱਖੇ ਤਾਂ ਵੀ ਨਹੀਂ ਮੁੱਕਦੇ। ਲੇਕਿਨ ਮੈਨੂੰ ਲੱਗਦਾ ਹੁਣ ਸਮਾਂ ਆ ਗਿਆ, ਜਿਹੜਾ ਪੈਸਾ ਕਮਾਇਆ ਸੀ ਉਹ ਸਾਰੇ ਦਾ ਸਾਰਾ ਵਿਅਰਥ ਹੋ ਜਾਏਗਾ। ਰਾਜਾ ਵਰਿੰਗ ਇਲੈਕਸ਼ਨ ਲੜ ਰਿਹਾ, ਬਾਦਲ ਸਾਹਿਬ ਗੁੱਸੇ ਨਾ ਹੋ ਜਾਣ। ਸਰਦਾਰ ਦੀਪਿੰਦਰ ਸਿੰਘ ਬਾਦਲ ਸਾਹਿਬ, ਕੱਲ ਦੀ ਬੀਬੀ ਬਾਦਲ ਨੇ ਪਰਸੋਂ ਇੱਕ ਧਰਨਾ ਲਾ ਲਿਆ ਸੜਕ ਤੇ ਬੈਠੀ। ਪਹਿਲੀ ਵਾਰੀ ਜ਼ਿੰਦਗੀ ਚ ਮੇਰੇ ਮਨ ਦੀ ਇੱਛਾ ਪੂਰੀ ਹੋਈ ਕਿ ਬੀਬੀ ਬਾਦਲ ਵੀ ਸੜਕ ਤੇ ਬੈਠੀ। ਸਾਰੀਆਂ ਬੁੜੀਆਂ ਤੇ ਬੰਦੇ ਤੇ ਬੱਚੇ ਮੌਰ ਹੋ ਕੇ, ਸਾਰਾ ਪਿੰਡ ਇੱਕ ਪਾਸੇ, ਬੀਬੀ ਕਹਿੰਦੀ ਮੈਂ ਧੱਕੇ ਦਾ ਪ੍ਰੋਗਰਾਮ ਕਰਕੇ ਜਾਣਾ ਹੈ। ਔਰ ਫਿਰ ਉੱਥੇ ਧਰਨਾ ਲਾ ਕੇ ਬੈਠੀ, ਕਹਿੰਦੀ ਪੁਲਿਸ ਵਾਲਿਆਂ ਨੂੰ ਮੇਰਾ ਪ੍ਰੋਗਰਾਮ ਕਰਾਓ। ਉੱਥੇ ਨਵੀਂ ਗੱਲ ਹੀ ਸੁਣ ਗਈ, ਤੁਹਾਡੇ ਕੋਈ ਰਿਸ਼ਤੇਦਾਰ ਹੋਣੇ ਆ ਉੱਥੇ ਬਾਦਲ ਵਾਲਿਆਂ ਨੂੰ। ਉਹਨਾਂ ਨੇ ਕਿਸੇ ਨੇ ਕਹਿਤਾ ਵੀ ਭਾਬੀ ਜੀ ਆ ਕੰਮ ਨੀ ਹੋਇਆ, ਕਹਿੰਦੇ ਉਹਨੂੰ ਘਰੇ ਸੱਦ ਲਿਆ ਵੀ ਭਾਬੀ ਕਿਵੇਂ ਗਿਆ, ਮੈਨੂੰ ਬੀਬਾ ਜੀ ਕਿਉਂ ਨੀ ਕਿਹਾ, ਆਰਾਮ ਸਾਧਿਆ ਮੈਂ ਭਾਬੀ ਕਿਵੇਂ ਜੀ ਨੀ ਭਾਬੀ, ਮਤਲਬ ਕਿ ਇੰਨਾ ਦਿਮਾਗ ਖਰਾਬ ਹੈ ਭਾਬੀ ਕਿਹਾ ਤਾਂ ਕੀ ਹੋ ਗਿਆ ਬਈ, ਕੋਈ ਲੋੜਾ ਆ ਗਿਆ ਭਾਬੀ ਲੱਗਦੀ ਹੈ ਕਿਸੇ ਦਿਨ, ਇੰਨਾ ਦਿਮਾਗ ਖਰਾਬ ਹੋ ਗਿਆ ਬੀਬੀ ਦਾ। ਬੀਬੀ ਕਹਿੰਦੀ ਸੀ, ਕਹਿੰਦੀ ਰਾਜਾ ਵੜਿੰਗ ਕੋਈ ਮੁਕਾਬਲਾ ਹੀ ਨਹੀਂ। ਹੁਣ ਸਾਰਾ ਟੱਬਰ ਭੱਜਿਆ ਫਿਰਦਾ, ਸਰਦਾਰ ਬਾਦਲ ਅੱਜ ਪਿੰਡਾਂ ਦੇ ਵਿੱਚ ਹੈ, ਸੁਖਬੀਰ ਬਾਦਲ ਬੋਲ ਕੇ ਗਿਆ, ਅੱਜ ਮੋਦੀ ਨੂੰ ਸੱਦਿਆ ਇਹਨਾਂ ਨੇ, ਕਿਆ ਬਾਤ ਹੈ, ਨਾਲ ਸਨੀ ਦਿਓਲ। ਮੈਂ ਕਿਹਾ ਭਾਵੇਂ ਸਨੀ ਸਦਲਾ, ਭਾਵੇਂ ਸਨੀ ਲਿਓਨ ਸਦਲਾ ਤੇ ਭਾਵੇਂ ਦਿਓਲ ਸਦਲਾ, ਹੁਣ ਤੇਰਾ ਕੰਮ ਹੋਇਆ ਪਿਆ। ਮੇਰੇ ਬਾਰੇ ਬੋਲੀ ਜਾਂਦੀ ਹੈ, ਮੈਂ ਪਹਿਲੀ ਵਾਰੀ, ਮੈਂ ਬੀਬੀ ਜੀ ਨੂੰ ਕਦੇ ਕੁਛ ਨੀ ਬੋਲਿਆ, ਮੈਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਤੋਂ ਬਿਨਾਂ ਨੀ ਬੋਲਿਆ, ਮੈਂ ਬੀਬਾ ਜੀ ਤੋਂ ਬਿਨਾਂ ਨੀ ਬੋਲਿਆ, ਮੈਂ ਭੈਣ ਜੀ ਤੋਂ ਬਿਨਾਂ ਨੀ ਬੋਲਿਆ। ਤੇ ਭੈਣ ਜੀ ਕਹੀ ਜਾਂਦੀ ਹੈ ਰਾਜਾ ਵੜਿੰਗ, ਕਹਿੰਦੀ ਗੁੰਡਾ ਗੁੰਡਾ, ਮੈਂ ਕਿਹਾ ਸ਼ੁਕਰ ਹੈ ਬਾਦਲ ਵਾਲੇ ਵੀ ਕਿਸੇ ਨੂੰ ਕਹਿਣ ਲੱਗ ਪਏ ਗੁੰਡੇ,
ਤੁਹਾਡੇ ਨਾਲ ਗੁੱਡਾ ਗੁੱਡਾ ਕੋਈ ਗੁੱਡਾ ਹੈਗਾ। ਮੈਂ ਕਦੇ ਕਿਸੇ ਬੰਦੇ ਦੇ ਕੋਈ ਅਤਿਆਚਾਰ ਕੀਤਾ, ਮੇਰਾ ਗੁੰਡਪੁਣਾ ਵੇਖਿਆ। ਮੈਂ 15 ਕਿਲੋਮੀਟਰ ਦੂਰ ਰਹਿੰਦਾ, ਗੁੰਡਪੁਣਾ ਜੇ ਵੇਖਿਆ ਹੋਵੇ ਤੁਹਾਨੂੰ ਪਤਾ ਨਾ ਲੱਗੇ, ਕਿਸੇ ਨੇ ਸੁਣਿਆ ਵੀ ਰਾਜੇ ਬਣੇ ਨੇ ਗੁੰਡਾ ਕਰਦੀ। ਤੇਰੇ ਗੁੰਡਿਆਂ ਦਾ ਪਤਾ ਮੇਰੀ ਇਹ ਭੈਣੇ ਕਿ ਤੂੰ ਕਈ ਤਰ੍ਹਾਂ ਦੇ ਗੁੰਡੇ ਲੰਬੀ ਦੇ ਵਿੱਚ ਪਾ ਲਿਆ। ਤੇਰੇ ਘਰ ਵਾਲੇ ਨੇ ਮੋਟੂ ਜਿਹੇ, ਇੱਕ ਪਾਇਆ ਪਰਮਾਲਾ, ਇੱਕ ਪਾਇਆ ਮਿੱਟੂ ਖੇੜਾ, ਇੱਕ ਪਾਇਆ ਪਿਆਲਾ ਕੋਲਿਆਂ ਵਾਲੀ, ਸਰਬੰਸ ਦਾ ਪੰਥ ਦਾ ਵਾਰਸ, ਦੁਨੀਆਂ ਜਾਣਦੀ ਹੈ ਇਹਨਾਂ ਲੋਕਾਂ ਨੂੰ, ਇੱਕ ਮੰਟਾ ਰੋੜੇ ਵਾਲੀ, ਇਹ ਗੁੰਡੇ ਕਿਵੇਂ ਗੁੰਡਾ? ਰਾਜੇ ਰੰਗ ਦਾ ਨਾਂ ਸੁਣਿਆ ਕਦੇ ਗੁੰਡਾਗਰਦੀ ਚ? ਕਦੇ ਕਿਸੇ ਨੇ ਆਖਿਆ ਵੀ ਸਾਡਾ ਪੈਸੇ ਖਾ ਗਏ, ਲੁੱਟ ਕੇ ਖਾ ਗਏ ਤੁਸੀਂ ਲੋਕ? ਕਹਿੰਦੀ ਰਾਜੇ ਵੜਿੰਗ ਨੇ ਗੁਜਰਾਤ ਆ ਕਰਤਾ, ਫਲਾਂ ਕਰਤਾ। ਮੈਂ ਕਿਹਾ ਕਾਂਗਰਸ ਪਾਰਟੀ ਨੇ ਕਰਤਾ ਨਹੀਂ ਕਰਤਾ, ਤੇਰਾ ਤਿੰਨ ਮੈਂ ਪੰਜਾਬ ਦਾ ਤਾਂ ਕੀਤਾ, ਤੁਸੀਂ ਮੈਨੂੰ ਹਰਾ ਨਾ ਦੇ, ਮੈਂ ਮਰ ਜਾਊ ਜੇ ਹਰਾ ਤਾਂ ਮੈਂ ਹੱਥ ਜੋੜ ਨਾ ਲਾਤੀ। ਬੀਬੀ ਮੇਰੀ ਭੈਣ, ਪਹਿਲਾਂ ਬੀਬੀ ਐਂ ਬੈਠੀ ਹੁੰਦੀ ਸੀ ਫੋਟੋ ਦੇ, ਹੁਣ ਐਂ ਕਰਕੇ ਪੋਸਟਰ ਖਿੱਚਿਆ। ਹੁਣ ਪੋਸਟਰ ਤੇ ਲਿਖਾਇਆ ਨਿਮਾਣੀ ਹਰਸਿਮਰਤ ਕੌਰ ਬਾਦਲ, ਹਾਏ ਹੋ ਰੱਬ ਜਾਣੇ ਹੋ ਮਰ ਗਿਆ ਰਾਜਾ ਵੜਿੰਗ। ਕਹਿੰਦੀ ਨਿਮਾਣੀ ਹੈ ਬਾਦਲ ਸਾਹਿਬ, 7 ਕਰੋੜ ਦੇ ਗਹਿਣੇ ਆ ਤੁਹਾਡੀ ਨੌਂਹ ਕੋਲ, ਅਜੇ ਨਿਮਾਣੀ ਹੈ? ਜੇ ਇਹ ਨਿਮਾਣੀ ਹੈ ਤਾਂ ਫਿਰ ਆਹ ਕੀ ਹੈ? 7 ਕਰੋੜ ਦੇ ਗਹਿਣੇ ਹੈ, ਮੈਂ ਆਪਦੀ ਘਰ ਵਾਲੀ ਦਾ ਕਾਗਜ਼ ਦਿੱਤੇ ਹੈ, ਜਦੋਂ ਇਲੈਕਸ਼ਨ ਲੜਨਾ ਪੈਂਦਾ ਸਾਨੂੰ ਆਪਦੇ ਪੈਸੇ ਦੱਸਣੇ ਪੈਂਦੇ ਆ ਕਿੰਨੇ ਹੈ। ਮੇਰੀ ਘਰ ਵਾਲੀ ਕੋਲੇ ਬਿੱਲਿਆ 25 ਤੋਲੇ ਸੀ ਆਉਣਾ, ਤੇ ਬੀਬੀ ਨੇ ਆਪਦਾ ਐਫੀਡੇਵਿਟ ਦਿੱਤਾ ਕਿ ਮੇਰੇ ਕੋਲੇ 7 ਕਰੋੜ ਦੇ ਗਹਿਣੇ, 25 ਕਿਲੋ ਸੋਨਾ। ਮੈਂ ਨੀ ਕਿਹਾ, ਬੀਬੀ ਨੇ ਆਪ ਕਿਹਾ, ਹੋਰਾਂ ਕਰੋੜਾਂ ਦੀ ਜਾਇਦਾਦ ਕਹੀ ਹੈ ਤੇ ਪੋਸਟਰ ਤੇ ਲਿਖਿਆ। ਕਈ ਵਾਰੀ ਮੱਤ ਵੱਜ ਜਾਂਦੀ ਹੈ ਨਾ, ਕਈ ਵਾਰੀ ਮੱਤ ਵੱਜ ਜਾਂਦੀ ਹੈ। ਚਾਰ ਇਹਨਾਂ ਲਿਖਿਆ ਨਿਮਾਣੀ, ਇੱਕ ਵਾਰੀ ਪਹਿਲਾਂ ਮੱਤ ਵੱਜੀ ਸੀ, ਇਹਨਾਂ ਨੇ ਲਿਖਤਾ ਸੀ ਵੀ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਵਾਂਗੇ, ਲੋਕਾਂ ਨੇ ਕਿਹਾ 400 ਹੀ ਹੈ। ਹੁਣ ਨਿਮਾਣੀ ਲੋਕ ਸਮਝ ਗਏ, ਇੰਨੀ ਨਿਮਾਣੀ। ਇਹ ਨਿਮਾਣੀ ਦੇ ਜਿਹੜੇ ਦਾਦਾ ਜੀ ਸਨ ਨਾ ਮੇਰੀ ਭੈਣ ਦੇ, ਉਹਦਾ ਨਾਂ ਸੀ ਸੁੰਦਰ ਸਿੰਘ ਮਜੀਠੀਆ। ਉਹ ਅੰਗਰੇਜ਼ਾਂ ਦਾ ਮੁਖਬਰ ਹੋਇਆ ਕਰਦਾ ਸੀ, ਅੰਗਰੇਜ਼ਾਂ ਤੋਂ, ਅੰਗਰੇਜ਼ਾਂ ਦਾ ਪਿੱਠੂ ਸੀ ਤੇ ਅੰਗਰੇਜ਼ਾਂ ਤੋਂ ਜ਼ਮੀਨਾਂ ਉਹਨਾਂ ਨੇ ਲਈਆਂ 1000 ਏਕੜ, ਕਿਉਂਕਿ ਹਿੰਦੁਸਤਾਨੀਆਂ ਦੀ ਉਹ ਮੁਖਬਰੀ ਕਰਦੇ ਸਨ। ਤੇ ਜਨਰਲ ਡਾਇਰ, ਜਿਹੜਾ ਜਨਰਲ ਡਾਇਰ ਹੋਇਆ ਜਲਿਆਂ ਵਾਲੇ ਬਾਗ ਵਾਲਾ, ਜਿਹਦਾ ਆਪਾਂ 100 ਸਾਲਾਂ ਹੁਣ ਮਨਾ ਕੇ ਹਟੇ ਹੈ, ਉਸ ਜਨਰਲ ਡਾਇਰ ਨੂੰ ਇਹਨਾਂ ਦਾ ਦਾਦਾ ਰੋਟੀ ਖਵਾਉਂਦਾ ਰਿਹਾ ਇਤਿਹਾਸ ਦੇ ਪੰਨਿਆਂ 'ਚ ਹੈ। ਜਿਸ ਜਨਰਲ ਡਾਇਰ ਨੂੰ 21 ਸਾਲਾਂ ਬਾਅਦ ਸ਼ਹੀਦ ਊਧਮ ਸਿੰਘ ਨੇ 3 ਗੋਲੀਆਂ ਛਾਤੀ 'ਚ ਮਾਰ ਕੇ ਹਿੰਦੁਸਤਾਨੀਆਂ ਦਾ ਬਦਲਾ ਲਿਆ ਸੀ, ਉਹ ਮੇਰੀ ਭੈਣ ਦਾ ਦਾਦਾ ਹੈ। ਇੱਕ ਹੋਰ ਫਿਰਦਾ ਹੈ ਮੇਰੀ ਭੈਣ ਦਾ ਭਰਾ ਚਿੱਟਾ ਮਜੀਠੀਆ, ਕਿਆ ਬਾਤ ਹੈ, ਐਡਾ ਵੱਡਾ ਨਾਂ ਚਿੱਟਾ, ਵਿਕਰਮ ਮਜੀਠੀਆ ਦਾ ਨਾਂ ਚਿੱਟਾ ਮਜੀਠੀਆ ਹੈ। ਉਹ ਕਹਿੰਦੀ ਸ਼ਰੀਫ ਹੈ, ਰਾਜਾ ਗੁੰਡਾ ਹੈ। ਚਿੱਟਾ ਮਜੀਠੀਆ ਕਿੰਨਾ ਸ਼ਰੀਫ ਹੈ ਬਾਈ, ਵਿਕਰਮ ਸ਼ਰੀਫ ਹੈ, ਮਜੀਠਾ ਸ਼ਰੀਫ ਹੈ ਤੇ ਰਾਜਾ ਸ਼ਰੀਫ ਹੈ, ਜਿਹਨੇ ਨੇ ਮੇਰੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ, ਕਈ ਮੇਰੀਆਂ ਭੈਣਾਂ ਦੇ ਸੁਹਾਗ ਉਜਾੜ ਦਿੱਤੇ। ਉਹ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੀ ਸ਼ਰੀਫ ਹੈ ਤੇ ਰਾਜਾ ਗੁੰਡਾ ਹੈ, ਸ਼ਰਮ ਆਉਣੀ ਚਾਹੀਦੀ। ਸਤਿਕਾਰਯੋਗ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ, ਰਾਜੇ ਵੜਿੰਗ ਦੀ MLA ਬਣਨ ਦੀ ਇੱਛਾ ਨਹੀਂ, 2 ਵਾਰੀ ਬਣ ਗਿਆ। ਮੈਂ 5 ਸਾਲ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ, 8 ਸਾਲ ਦਾ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ। ਨਾ ਕੋਈ ਵੱਡਾ ਭਰਾ, ਚਾਚਾ, ਨਾ ਤਾਇਆ, ਸਾਡੇ ਘਰੇ ਕੋਈ ਸਿਆਸਤ ਦਾ ਊੜਾ ਆੜਾ ਵੀ ਨਹੀਂ ਜਾਣਦਾ। ਮੈਂਬਰ ਪੰਚਾਇਤ ਤਾਂ ਬਹੁਤ ਵੱਡੀ ਗੱਲ ਹੈ, ਪਰਮਾਤਮਾ ਨੇ ਕਿਰਪਾ ਕਰਤੀ MLA ਬਣ ਗਿਆ। ਭੁੱਖ ਤਾਂ ਮਿਟਦੀ ਨਹੀਂ, ਭੁੱਖ ਨਹੀਂ ਮਿਟਦੀ,
ਬਾਣੀ ਚ ਲਿਖਿਆ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਬਾਰ। ਸਰਦਾਰ ਬਾਦਲ ਹਜੇ ਕਹਿੰਦਾ ਕਿ ਮੈਂ 6ਵੀਂ ਵਾਰੀ ਵੀ ਮੁੱਖ ਮੰਤਰੀ ਬਣ ਜਾ, 5 ਵਾਰੀ ਮੈਂ ਰਹਿ ਚੁੱਕਿਆ, ਇਹ ਭੁੱਖ ਨਹੀਂ ਮਿਟਣੀ, ਮੇਰੀ ਇੱਛਾ ਕੰਪਲੀਟ ਹੈ, ਮੈਨੂੰ ਕੁਛ ਨਹੀਂ ਚਾਹੀਦਾ ਹੈ ਸੱਚੇ ਪਾਤਸ਼ਾਹ। ਇਸ ਤੋਂ ਬਾਅਦ ਤੇਰੇ ਦਰ ਤੋਂ ਮੈਂ ਤੰਦਰੁਸਤੀ ਮੰਗਾਂਗਾ, ਨਿਆਮਤ ਮੰਗਾਂਗਾ, ਲੇਕਿਨ ਕੋਈ ਅਹੁਦਾ ਨਹੀਂ ਮੰਗਾਂਗਾ। ਮੈਨੂੰ MLA ਬਣਨ ਦਾ ਸ਼ੌਂਕ ਨਹੀਂ, ਮੈਨੂੰ MP ਬਣਨ ਦਾ ਸ਼ੌਂਕ ਨਹੀਂ, ਮੈਨੂੰ ਮੁੱਖ ਮੰਤਰੀ ਬਣਨ ਦਾ ਸ਼ੌਂਕ ਨਹੀਂ, ਮੈਨੂੰ ਚੇਅਰਮੈਨ ਬਣਨ ਦਾ ਸ਼ੌਂਕ ਨਹੀਂ। ਹੁਣ ਇੱਕ ਹੀ ਇੱਛਾ, ਅੰਤਿਮ ਇੱਛਾ, ਲੰਬੀ ਵਾਲਿਓ ਪਗਾ ਦਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕ ਹੀ ਇੱਛਾ ਹੈ ਕਿ ਮੈਂ ਪੰਜਾਬ ਦੇ ਸਭ ਤੋਂ ਸਰਮਾਏਦਾਰ ਤੇ ਤਕੜੇ ਪਰਿਵਾਰ ਦੀ ਹਰਸਿਮਰਤ ਕੌਰ ਬਾਦਲ ਜਿਹੜੀ ਨੂੰਹ ਹੈ ਉਹਨੂੰ ਹਰਾ ਲਿਆ, ਆਹੀ ਇੱਛਾ ਬਸ ਬੀਬੀ ਹਨੂੰ। ਇਸ ਤੋਂ ਬਾਅਦ ਭਾਵੇਂ ਰੱਬ ਅਗਲੇ ਦਿਨ ਅੱਖਾਂ ਮੀਟ ਜੇ, ਦੁਨੀਆਂ ਇਹ ਗੱਲ ਕਵੇ, ਇਹਦੇ ਚ ਫਾਇਦਾ ਕੀ ਹੈ? ਸਾਡੇ ਵਰਗੇ ਜਿਹੜੇ ਲੀਡਰ ਹੈ ਇਹ ਪੈਸਾ ਕਮਾਉਣਾ ਬੰਦ ਕਰ ਦੇਣਗੇ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਬਿਨਾਂ ਪੈਸੇ ਤੋਂ ਕੰਮ ਨਹੀਂ ਚੱਲਦਾ। ਲੋਕਾਂ ਨੂੰ ਪੈਸੇ ਦੇ ਕੇ ਵੋਟ ਲਿਆਵਾਂਗੇ, ਖਰੀਦਾਂਗੇ, ਫਿਰ ਜਿੱਤ ਜੂਗੀ ਹਰਸਿਮਰਤ ਕੌਰ ਬਾਦਲ। ਤੁਹਾਡੇ ਕਦੇ ਆਈਏ ਪਿੰਡ, ਤੁਸੀਂ ਕਦੇ ਵੇਖੀ ਹੈ? ਤੁਸੀਂ ਹੱਥ ਲਾ ਕੇ ਵੇਖਿਆ ਕਿਸੇ ਨੇ? ਬੰਦਿਆਂ ਨੇ ਨੀ, ਬੁੜੀਆਂ ਨੇ ਪੁੱਛਣਾ, ਤੁਸੀਂ ਹੱਥ ਲਾਇਆ ਤਾਂ ਮਰੋਗੇ, ਹੋਰ ਕੀ ਹੋਊਗਾ ਤੁਹਾਡਾ? ਉਹ ਭਾਬੀ ਕਿਉਂ ਬੈਠਾ ਕਾਲ ਚੜਾਣੀ ਵਾਲਾ? ਉਹਦੇ ਸਨਮਾਨ ਕਰ ਲਿਆ। ਮੇਰੇ ਸਤਿਕਾਰਯੋਗ ਭਰਾਓ, ਮੇਰੀ ਇਹੀ ਇੱਛਾ ਹੈ ਕਿ ਭਾਈ ਐਨਾ ਕਰ, ਐਨਾ ਕਰ, ਐਨਾ ਕਰ। ਰਜਵਾੜੇ ਸ਼ਾਹੀ ਪੈਸਾ ਬਣਾਇਆ, ਲੋਕ ਇਹ ਗੱਲ ਕਹਿਣ ਕਿ ਸਰਦਾਰ ਬਾਦਲਾਂ ਦਾ ਪੈਸਾ ਕਮਾਇਆ, ਕਿਸੇ ਕੰਮ ਨਹੀਂ ਆਇਆ। ਸਾਡੇ ਵਰਗਾ ਲੀਡਰ ਸੋਚੇ ਕਿ ਪੈਸੇ ਦੀ ਲੋੜ ਨਹੀਂ, ਬੰਦਿਆਂ ਨਾਲ ਪਿਆਰ ਦੀ ਲੋੜ ਹੈ, ਦਿਲ ਦੀ ਲੋੜ ਹੈ। ਪੈਰੀ ਹੱਥ ਲਾਓ, ਜੱਫੀਆਂ ਪਾਓ, ਲੋਕਾਂ ਦੇ ਨਾਲ ਰਹੋ ਤੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ। ਜੇ ਪੈਸੇ ਦੇ ਕਰਕੇ ਗੜਬੜ ਲੋਕਾਂ ਨੇ ਕਰਤੀ ਤਾਂ ਮੇਰੇ ਵਰਗੇ ਹਜ਼ਾਰਾਂ ਨੌਜਵਾਨ ਜਿਹੜੇ ਸਿਆਸਤ ਕਰਦੇ ਹੈ ਉਹ ਵੀ ਕਹਿਣਗੇ ਕਿ ਪੈਸਾ ਕਮਾ ਲਓ, ਲੁੱਟ ਲਓ ਜਿੰਨਾ ਲੋਕਾਂ ਨੂੰ ਲੁੱਟਣਾ, ਫਿਰ ਪੈਸਾ ਲਾ ਕੇ ਜਿੱਤ ਜਾਇਆ ਕਰਨਗੇ। ਨਵਾਂ ਰੀਤੀ ਰਿਵਾਜ ਨਾ ਪਾਓ, ਆਓ ਇਸ ਰਿਵਾਜ ਨੂੰ ਖਤਮ ਕਰੀਏ। 1000 ਰੁਪਇਆ ਵੋਟ ਵੱਧ ਦਿੱਤੇ ਹੈ ਔਰ 50 ਸਾਲਾਂ ਵਾਸਤੇ ਤੁਹਾਨੂੰ ਖਰੀਦਦੇ ਹੈ ਔਰ ਕੁਛ ਨੀ ਬਣਦਾ। 1000 ਰੁਪਏ ਦਾ 365 ਦਿਨ ਇੱਕ ਸਾਲ ਚ ਹੁੰਦੇ ਹੈ, 1700 ਦਿਨ 50 ਸਾਲਾਂ ਚ ਹੁੰਦੇ ਹੈ। 1000 ਰੁਪਏ ਨਾਲ ਤੁੱਕੀ ਵੀ ਹਿੱਸੇ ਨਹੀਂ ਆਉਂਦੀ, ਇੱਕ ਪੈਸਾ ਵੀ ਇੱਕ ਦਿਨ ਦਾ ਹਿੱਸੇ ਨਹੀਂ ਆਉਂਦਾ। ਮੇਰੀ ਸਰਕਾਰੀ ਉਪਰਾ ਹੋ ਪਰ ਜਦੋਂ ਜਦੋਂ ਸਰਦਾਰ ਬਾਦਲ ਆਇਆ ਉਦੋਂ ਉਦੋਂ ਪੰਜਾਬ ਦਾ ਬੇੜਾ ਬਹਿ ਗਿਆ, ਕਿਸਾਨੀ ਦਾ ਬੇੜਾ ਬਹਿ ਗਿਆ। ਅੱਜ ਝੋਨਾ, ਅੱਜ ਸਾਡੀ ਸਰਕਾਰ ਦੇ ਅੰਦਰ 3200 ਰੁਪਇਆ ਰੇਟ ਹੈ, ਬਾਦਲ ਸਰਕਾਰ ਦੇ ਅੰਦਰ ਬਾਸਮਤੀ ਦਾ ਰੇਟ 2500 ਰੁਪਇਆ ਹੋ ਕਰਦਾ। ਬਾਦਲ ਸਰਕਾਰ ਦੇ ਅੰਦਰ ਨਰਮੇ ਦਾ ਮਾੜਾ ਹਾਲ, ਸੁੰਡੀ ਅਮਰੀਕਨ ਸੁੰਡੀ ਚਿੱਟੀ ਮੱਖੀ ਆਉਂਦੀ ਹੈ। ਸਾਡੇ ਰਾਜ 6200 ਰੁਪਏ ਦਾ ਨਰਮਾ ਵਿਕਦਾ ਹੈ। ਆ ਕਿਸਾਨ ਮੰਡੀਆਂ ਝੋਨਾ ਲੈ ਕੇ 20 ਦਿਨ ਰੋਲਦਾ ਬਾਦਲ ਸਾਹਿਬ ਦੇ ਰਾਜ 'ਚ, ਸਾਡੇ ਰਾਜ ਦੇ ਵਿੱਚ 4 ਦਿਨਾਂ 'ਚ ਗਿੱਲਾ ਝੋਨਾ ਵੇਚ ਕੇ ਬਾਹਰ ਆ ਜਾਂਦਾ। ਸੋ ਮੇਰੇ ਸਤਿਕਾਰਯੋਗ ਭਰਾਓ, ਮੈਂ ਆਪਦੇ ਸਨਮੁੱਖ ਬੇਨਤੀ ਕਰਨੀ ਚਾਹੁੰਦਾ, ਸਰਦਾਰ ਬਾਦਲ ਇੱਥੇ ਮੁੱਖ ਮੰਤਰੀ ਵਿਆਹ 10 ਸਾਲ ਤੁਹਾਡੀ ਕੁੜੀ ਦੇ ਵਿਆਹ ਵਾਸਤੇ 15000 ਰੁਪਏ ਤੋਂ 1 ਰੁਪਇਆ ਵੱਧ ਨਹੀਂ ਕੀਤਾ। ਹਰਸਿਮਰਤ ਕੌਰ ਨੂੰ ਤਾਂ ਲੈ ਤੇ 7 ਕਰੋੜ ਦੇ ਗਹਿਣੇ ਤੇ ਗਰੀਬਾਂ ਦੀ ਕੁੜੀ ਦਾ ਵਿਆਹ ਹੁੰਦਾ ਤੇ 15000। ਉਹ 10 ਸਾਲ ਸਰਦਾਰ ਮੁੱਖ ਮੰਤਰੀ ਵਿਆਹ ਜੇ ਚਾਹੁੰਦਾ ਪੈਸੇ ਵਧਾ ਸਕਦਾ ਸੀ। ਕਾਂਗਰਸ ਪਾਰਟੀ ਬਾਹਲੀ ਚੰਗੀ ਨਹੀਂ ਪਰ ਬਾਦਲ ਵਾਲਾ ਨਾ ਚੰਗੀ ਹੈ। 5000 ਰੁਪਇਆ ਤੁਹਾਡਾ ਵਧਾਤਾ, ਹੁਣ 21000 ਰੁਪਇਆ ਮਿਲਦਾ। ਸਰਦਾਰ ਬਾਦਲ ਨੇ 9 ਸਾਲ ਤੁਹਾਨੂੰ 250 ਰੁਪਇਆ ਪੈਨਸ਼ਨ ਦਿੱਤੀ, 10ਵੇਂ ਸਾਲ 500 ਕੀਤੀ। ਅਸੀਂ ਪਹਿਲੇ ਸਾਲ 250 ਵਧਾਤੀ, ਉਹਨਾਂ ਨੇ 9 ਸਾਲਾਂ ਬਾਅਦ ਵਧਾਈ, ਅਸੀਂ ਪਹਿਲੇ ਸਾਲ ਵਧਾਈ। ਸਰਦਾਰ ਬਾਦਲ ਤੋਂ ਅਸੀਂ ਚੰਗੇ ਹਾਂ, ਬਾਹਲੇ ਚੰਗੇ ਨਹੀਂ। 2000 ਪੈਨਸ਼ਨ ਕਰਾਂਗੇ, 250 ਕਰਕੇ ਵਧਾਵਾਂਗੇ। ਮੁੰਡੇ ਨੂੰ ਜਿਤਾ ਦਿਓ,
ਅਗਲੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ 2000 ਰੁਪਇਆ ਤੁਹਾਡੇ ਘਰੇ ਪੈਨਸ਼ਨ ਆਇਆ ਕਰੇਗੀ। ਇੱਕ ਨਿਆਂ ਨਾਂ ਦੀ ਸਕੀਮ ਚਲਾਉਣ ਚੱਲੇ ਆ ਗਰੀਬਾਂ ਦੇ ਵਾਸਤੇ, ਉਹਦੇ 72,000 ਰੁਪਇਆ ਇੱਕ ਗਰੀਬ ਪਰਿਵਾਰ ਨੂੰ ਸਾਲ ਦਾ ਮਿਲਿਆ ਕਰੇਗਾ, ਯਾਨੀ ਕਿ 6,000 ਰੁਪਇਆ ਪ੍ਰਤੀ ਮਹੀਨਾ ਪਰ ਗੁਰੀ ਦੇ ਖਾਤੇ ਚ ਆਊਗਾ, ਬੰਦੇ ਦੇ ਖਾਤੇ ਚ ਨਹੀਂ ਆਉਣਾ। 6,000 ਰੁਪਇਆ ਹਰ ਮਹੀਨੇ ਗੁੜੀ ਦੇ ਖਾਤੇ ਚ ਆਊਗਾ ਜੇ ਡਾਕਟਰ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਦੀ ਸਰਕਾਰ ਹਿੰਦੁਸਤਾਨ ਚ ਬਣਦੀ ਹੈ। ਆ ਸਰਦਾਰੋ ਤੁਹਾਨੂੰ ਪੁੱਛ ਲਓ, ਕਾਂਗਰਸ ਦਾ ਰਾਜ ਹੁੰਦਾ ਸੀ ਤਾਂ 42 ਰੁਪਏ ਲੀਟਰ ਤੇਲ ਹੁੰਦਾ ਸੀ, ਅੱਜ ਤੋਂ 5 ਸਾਲ ਪਹਿਲਾਂ ਹੁਣ 67 ਰੁਪਏ ਲੀਟਰ ਡੀਜ਼ਲ ਹੋ ਗਿਆ। ਮਨਮੋਹਨ ਸਿੰਘ ਦਾ ਰਾਜ ਸੀ, ਡੀਓਪੀ ਦਾ ਗੱਤਾ 500 ਰੁਪਏ ਦਾ ਹੁੰਦਾ ਸੀ, ਅੱਜ 1450 ਦਾ ਹੋ ਗਿਆ। ਮਨਮੋਹਨ ਸਿੰਘ ਦਾ ਰਾਜ ਸੀ, ਗੈਸ ਦਾ ਸਿਲੰਡਰ 375 ਰੁਪਇਆ ਦਾ ਹੁੰਦਾ ਸੀ, ਅੱਜ 850 ਰੁਪਏ ਦਾ ਹੋ ਗਿਆ। ਮਾਰ ਕੇ ਰੱਖਤਾ ਦੁਨੀਆ ਵਾਲਿਓ, GST ਲਗਾ ਦਿੱਤਾ ਗਿਆ ਤੁਹਾਡੇ ਸੰਦਾਂ ਤੇ, ਕਿਸਾਨ ਦੇ ਸੰਦਾਂ ਤੇ। ਸੋ ਇਸ ਤਰ੍ਹਾਂ ਇਸ ਬਾਦਲ ਸਾਹਿਬ ਦੀਆਂ ਪਾਲਿਸੀਆਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਤਾ। ਸੰਗਤ ਦਰਸ਼ਨ ਤੁਹਾਡੇ ਪਿੰਡਾਂ ਚ ਕੀਤੇ, ਮੈਂ ਜਾ ਕੇ ਆਇਆ ਪਿੰਡੋ ਪਿੰਡੀ ਜਾ ਕੇ ਆਇਆ, ਇੱਕ ਇੱਕ ਸਕੂਲ, ਪੰਜਵੀਂ ਦਾ ਕਈ ਪਿੰਡਾਂ ਸਕੂਲ ਆ, 10ਵੀਂ ਦਾ ਸਕੂਲ ਨਹੀਂ ਬਣਿਆ। ਸੋ ਇਹ ਸਾਰੀਆਂ ਹਾਲਾਤ ਤੁਹਾਡੇ ਇੱਥੇ ਦੇਖ, ਜਿਹੜੀ ਮੰਡੀ ਹੈ ਇੱਥੇ ਮੰਡੀ ਨਹੀਂ ਬਣਾ ਸਕਿਆ ਸਰਦਾਰ ਬਾਦਲ ਲੰਬੀ ਦੇ ਵਿੱਚ, ਤੇ VIP ਇਲਾਕਾ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਗਦੇ ਤੋਂ ਘੋੜਾ ਬਣਾ ਸਕਦਾ ਹੈ। ਜਾਂ ਰੱਬ ਕੋਲੇ ਤਾਕਤ ਹੈ ਜਾਂ ਮੁੱਖ ਮੰਤਰੀ ਕੋਲੇ ਤਾਕਤ ਹੁੰਦੀ ਹੈ। ਸਰਕਾਰ ਕੋਲੇ ਪੈਸੇ ਹੈ ਨਹੀਂ, ਮੁਫਤ ਜ਼ਮੀਨ ਦੇ ਦਿਓ ਤਾਂ ਮੰਡੀ ਬਣਾਉਂਗਾ। ਉਹ ਬਾਈ ਜੀ, ਸਰਕਾਰ ਕੋਲੇ ਪੈਸੇ ਕੀ ਹੋਣੇ ਸੀ? ਚੋਣ ਚੋਣ ਕੇ ਸਰਦਾਰ ਬਾਦਲ ਵਾਲੇ ਖਾ ਗਏ, ਖਾ ਗਿਆ ਮੰਟਾ ਰੋੜਾ ਵਾਲੀ ਵਾਲਾ, ਖਾ ਗਿਆ ਪਿਆਲਾ ਕੋਣਿਆਂ ਵਾਲੀਆਂ, ਖਾ ਗਿਆ ਤਰਮਾਲਾ, ਇਹਨਾਂ ਦੇ ਸੰਗਤ ਕਰ ਦਰਸ਼ਨ ਕਰ ਕਰਕੇ। ਇੱਕ ਬੰਦੇ ਨੂੰ ਬਾਦਲ ਦੀ ਸਕੀਮ ਹੈ ਕਿ ਆਹ 15 ਪਿੰਡਾਂ ਦਾ ਇੰਚਾਰਜ ਬਣਾਤਾ ਇੱਕ, ਫਿਰ ਉਹਨਾਂ ਪਿੰਡਾਂ ਚ ਪੈਸਾ ਉਹਨਾਂ ਨੂੰ ਪੁੱਛ ਕੇ ਦਿੰਦਾ। ਉਹ ਸਰਪੰਚਾਂ ਨਾਲ ਗੱਲ ਕਰਦੇ ਆ, ਪਿੰਡਾਂ ਚ 100 ਕਰੋੜ ਆ ਗਿਆ, ਉਹਨਾਂ ਪਿੰਡਾਂ ਚ 100 ਚੋਂ ਇੱਕ ਇੱਕ ਬੰਦਾ 50-50 ਕਰੋੜ ਖਾ ਗਿਆ। ਹੁਣ ਭੁੱਖੀ ਉਹ ਬਣਦੇ ਆ, ਪੈਸੇ ਉਹ ਬਣਦੇ ਆ, ਸ਼ਰਾਬ ਉਹ ਪਿਆਉਣਗੇ, ਰੈਲੀ ਤੇ ਬੱਸਾਂ ਉਹ ਲੈ ਕੇ ਜਾਣਗੇ, ਖਰੀਦਣ ਵਾਸਤੇ ਉਹਨਾਂ ਕੋਲ ਪੈਸੇ, ਜਿਹਨਾਂ ਨੂੰ 15-15 ਕਰੋੜ ਰੁਪਇਆ ਪਿਆ ਬਣਾ ਕੇ ਦਿੱਤਾ ਹੈ। ਇਸ ਸਕੀਮ ਦੇ ਤਹਿਤ ਬਣਾ ਕੇ ਦਿੱਤਾ ਕਿ ਸਰਕਾਰੀ ਪੈਸਾ ਤੁਸੀਂ ਖਾ ਲਓ ਤੇ ਮੁੜ ਕੇ 15 ਪਿੰਡ ਤੇਰੇ ਜੁੰਮੇ ਆ, ਇਹਦੇ ਤੇ ਪੈਸਾ ਤੂੰ ਲਾਉਣਾ ਹੈ, ਜਿਹੜਾ ਸੰਗਤ ਦਰਸ਼ਨ ਚ ਮੈਂ ਤੈਨੂੰ ਵੰਡ ਕੇ ਚੱਲੇ, ਤੂੰ ਇਹਨਾਂ ਤੋਂ ਲੈ ਲਈ ਵਾਪਸ, ਮੈਂ ਸਰਕਾਰ ਦਾ ਤੈਨੂੰ ਦਿੰਦਾ। ਤੇ ਮੁੜ ਕੇ 15 ਪਿੰਡਾਂ ਦਾ ਮਾਲਕ ਬਿਆਲਿਆ ਕੋਲਿਆਂ ਵਾਲੀ ਆ, ਤੂੰ ਹੈ, ਤੂੰ ਇੱਥੇ ਪੋਸਟ ਵੰਡਣਾ, ਤੂੰ ਇੱਥੇ ਭੁੱਖੀ ਵੰਡਣੀ ਆ, ਤੂੰ ਸ਼ਰਾਬ ਵੰਡਣੀ ਆ, ਤੂੰ ਵੋਟਾਂ ਪਾਉਣੀਆਂ, ਤੂੰ ਖਰੀਦਣੀਆਂ। ਇਹ ਬਾਦਲ ਦਾ ਤਰੀਕਾ ਹੈ। ਤਾਂ ਇਹ ਲੋਕ ਜਿਹੜਾ ਦੁੱਧ ਵੇਚਦਾ ਸੀ ਦਿਆਲ ਸਿੰਘ ਕੋਲਿਆਂ ਵਾਲੀ ਆ, ਅੱਜ ਦਿਆਲਾ ਭਾਉ ਜਥੇਦਾਰ ਹੋ ਗਿਆ। ਕਿਉਂ? ਇਹ ਚੋਰ ਠੱਗ ਡਾਕੂ ਹੁਣ ਪੈ ਜਾਊਗਾ ਤੁਹਾਡੇ ਮਗਰ। ਜੇ ਤੁਹਾਡੇ ਭਰਾ ਤੇ ਤੁਸੀਂ ਕਿਰਪਾ ਕੀਤੀ, ਮੈਨੂੰ ਪਤਾ ਤੁਸੀਂ 2 ਸਾਲਾਂ ਦੇ ਨਾਰਾਜ਼ ਹੋ, ਤੁਹਾਡੀ ਬਾਤ ਨਹੀਂ ਕਿਸੇ ਨੇ ਪੁੱਛੀ, ਤੁਹਾਡੇ ਕੋਲੇ ਵੋਟਾਂ ਲੈ ਕੇ ਕੋਈ ਆਇਆ ਨਹੀਂ, ਤੁਹਾਡੇ ਨਾਲ ਇਸ ਗੱਲ ਦੀ ਮੈਂ ਮਾਫੀ ਮੰਗਦਾ, ਝੋਲੀ ਅੱਡ ਕੇ ਮੈਨੂੰ ਮਾਫ ਕਰ ਦਿਓ ਇਸ ਗੱਲ ਤੇ, ਹੱਥ ਜੋੜ ਕੇ ਬੇਨਤੀ ਕਰਦਾ। ਜੇ ਬੰਦੇ ਦਾ ਪੁੱਤ ਹੋਇਆ, ਆ ਲੀਡਰ ਜਦੋਂ ਸੱਦਣਗੇ, ਤੁਸੀਂ ਜਦੋਂ ਸੱਦੋਗੇ, ਅੱਧੀ ਰਾਤ ਨੂੰ ਰਾਜਾ 1 ਵਜੇ ਵੀ ਲੰਬੀ ਪਿੰਡ ਦੇ ਵਿੱਚ ਖੜਾ ਹੋਇਆ ਕਰੂਗਾ ਤੁਹਾਡੇ ਨਾਲ ਵਾਅਦਾ। ਬਾਦਲ ਦਾ ਭਾਵੇਂ ਰਾਜ ਹੋਵੇ, ਵੈਸੇ ਤਾਂ ਬਾਦਲ ਖਤਮ ਕਰ ਦੇਣਾ। ਬੀਬੀ ਜੇ ਬੰਦੀ ਜੇ ਪੱਛਣਾ ਹੈ ਤਾਂ ਬੀਬੀ ਬਾਦਲ ਨੂੰ ਚੱਲਦਾ ਕਰ ਦਿਓ, ਜ਼ੋਰ ਲਾ ਦਿਓ, ਢਿੱਲੀ ਢਿੱਲੀ ਜੀ ਗੱਲ ਨਾ ਕਰੋ, ਇੱਕ ਇੱਕ ਬੰਦਾ ਡਬਲ ਦਿਨ ਲਾ ਦਿਓ, 2 ਘੰਟੇ ਸੌਣਾ ਤੁਸੀਂ ਆ ਮਗਰਲੇ 7 ਦਿਨਾਂ ਚ। ਜੇ ਬੀਬੀ ਨੂੰ ਮੋਦੀ ਨਾ ਕਰ ਦਿਆ ਤਾਂ ਮੈਨੂੰ ਪਿਓ ਦਾਣਾ ਕਹਿ ਦਿਓ, ਪਰ 7 ਦਿਨ ਸੌਣਾ ਹੈ। ਤੇ ਜਦੋਂ ਬੀਬੀ ਦਾ ਕੰਮ ਹੋ ਗਿਆ, ਤਾਂ ਬਸ ਫਿਰ ਬਾਦਲ ਦਾ ਕੰਮ ਹੋ ਗਿਆ, ਤੇ ਕੰਮ ਕੜੰਮ ਹੋ ਗਿਆ। ਅਕਾਲੀ ਦਲ ਰਹੂਗਾ, ਅਕਾਲੀ ਦਲ ਰਹੂਗਾ, ਲੇਕਿਨ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ। ਲਿਖ ਲਓ, ਇਹ ਨਵਾਂ ਇਤਿਹਾਸ ਬਣੇਗਾ। ਹਾਂ, ਮੈਂ ਸੁਣਿਆ ਇੱਥੇ ਜਗਮੀਤ ਬਰਾੜ ਵੀ ਤੁਰਿਆ ਫਿਰਦਾ, ਉਹਨੂੰ ਪੁੱਛ ਲਓ ਕਿ ਬਾਈ ਸਾਡਾ ਪੁਰਾਣਾ ਹਿਸਾਬ ਤਾਂ ਦੇ ਦੇ।
ਸਾਡੇ ਲੁੱਟ ਕੇ ਖਾ ਲਿਆ। ਮੁਹੰਮਦ ਸ਼ਰੀਫ ਕਹਿੰਦਾ ਸੀ, ਮੁਹੰਮਦ ਸ਼ਰੀਫ ਨੂੰ ਕੁਲਦੀਪ ਮਾਰ ਕਹਿੰਦਾ, ਮੈਂ ਸਾਰੀ ਦੁਨੀਆਂ ਲੁੱਟੀ, ਇੱਕ ਜੱਟ ਮੈਨੂੰ ਹੀ ਲੁੱਟ ਗਿਆ। ਕਹਿੰਦਾ ਉਹ ਚਾਹ ਪਤੰਦਰਾ ਬਾਦਲ ਬਾਦਲ ਕਰੀ ਜਾਂਦਾ, ਕਹਿੰਦਾ ਬਾਦਲ ਵੇਖੋ ਦੋਸਤੋ ਪੰਜਾਰੀ ਬਣਿਆ, ਤੈਨੂੰ ਵੀ ਬਣਾਤਾ ਸੀ ਅਸੀਂ ਤਾਂ, ਜਦੋਂ ਤੇਰੇ ਪੱਲੇ ਹੀ ਕੁਛ ਨਹੀਂ ਸੀ ਤਾਂ ਕਰੀਏ ਕੀ, ਤੂੰ ਲੋਕਾਂ ਨੂੰ ਵੱਡੀਆਂ ਵੱਡੀਆਂ ਗੱਲਾਂ ਸੁਣਾ ਕੇ ਮੁੜ ਕੇ ਨਹੀਂ ਆਇਆ ਇੱਥੇ, ਪੁਰਤ ਨਹੀਂ ਪੁੱਛੀ, ਤੇਰੇ ਵਰਗੇ ਨਾਲ ਹੀ ਹਾਲ ਹੋਣਾ ਸੀ ਜਦੋਂ ਲੋਕਾਂ ਦਾ ਤੂੰ ਹਾਲ ਖਰਾਬ ਕੀਤਾ। ਸੋ ਸਤਿਕਾਰਯੋਗ ਭਰਾਓ, ਅੰਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਨਾ ਭੁੱਲਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪਾੜ ਪਾੜ ਕੇ ਰੂੜੀਆਂ ਤੇ ਖੜਾਏ ਗਏ ਬਾਦਲ ਸਾਹਿਬ ਦੇ ਰਾਜ ਚ, ਬਾਦਲ ਸਾਹਿਬ ਨੇ ਗੱਲ ਨਹੀਂ ਪੁੱਛੀ, ਸਿੱਖ ਸੰਗਤਾਂ ਨੇ ਧਰਨਾ ਲਾ ਲਿਆ, ਧਰਨੇ ਤੇ ਉਹ ਛੁੱਤਰ ਮਾਰੇ ਕੁੱਟੇ ਲੋਕ, ਕੇਸਾਂ ਤੋਂ ਫੜ ਫੜ ਕੇ ਘੀਸਿਆ ਗਿਆ ਔਰ ਅਥਰੂ ਗੈਸ ਦੇ ਗੋਲੇ ਮਾਰੇ, ਦੋ ਸੂਰਾਂ ਨੂੰ ਗੋਲੀ ਮਾਰ ਕੇ ਮਕਾ ਦਿੱਤਾ ਗਿਆ। ਬਾਦਲ ਦੇ ਰਾਜ ਚ ਕਿਸੇ ਨੂੰ ਸਜ਼ਾ ਨਹੀਂ ਮਿਲੀ, ਫਿਰ ਰੌਲਾ ਪੈ ਗਿਆ। ਬਾਦਲ ਸਾਹਿਬ ਨੇ ਕਿਹਾ, ਤੁਹਾਨੂੰ ਪਤਾ ਹੈ, ਪਤਾ ਨਹੀਂ ਬਾਦਲ ਸਾਹਿਬ ਕਿ ਨਹੀਂ, ਬਾਦਲ ਸਾਹਿਬ ਕਹਿਣ ਲੱਗੇ ਪੁਲਿਸ ਦੇ ਪਰਚਾ ਦੇ ਦਈਏ, ਇਹਨਾਂ ਨੇ ਦੋ ਮੁੰਡੇ ਮਾਰਤੇ। ਤੇ ਪੁਲਿਸ ਦੇ DGP ਨੇ ਕਿਹਾ, ਕਹਿੰਦਾ ਜੀ ਦੇਣਾ ਤਾਂ ਦੇ ਦਿਓ, ਪਰ ਮੈਂ ਪਬਲਿਕਲੀ ਪ੍ਰੈਸ ਕਾਨਫਰੰਸ ਕਰੂੰਗਾ ਤੇ ਕਹੂੰਗਾ ਵੀ ਜਿਹੜੇ ਹੁਕਮ ਸਨ ਗੋਲੀ ਚਲਾਉਣ ਦੇ ਜਾਂ ਧਰਨਾ ਚੱਕਣ ਦੇ, ਇਹ ਤੁਹਾਡੇ ਸੁਖਬੀਰ ਸਿੰਘ ਬਾਦਲ ਦੇ ਹੁਕਮ ਸਨ, ਇਹ ਜਨਰਲ ਡਾਇਰ ਦੇ ਹੁਕਮ ਸਨ, ਕਿਉਂਕਿ ਗ੍ਰਹਿ ਮੰਤਰੀ ਪੁਲਿਸ ਦਾ ਮੁਖੀ ਸੁਖਬੀਰ ਸਿੰਘ ਬਾਦਲ ਸੀ, ਉਹ ਜਿਹੜੇ ਮਾਂ ਦੇ ਦੋ ਪੁੱਤ ਮਰਾ ਤੇ, ਅੱਜ 3.5 ਸਾਲਾਂ ਬਾਅਦ ਉਹਨਾਂ ਦੇ ਕਲੇਜੇ ਚ ਠੰਡ ਪਈ ਹੈ। ਕਾਂਗਰਸ ਪਾਰਟੀ ਆਈ, ਇਨਕੁਆਇਰੀ ਕੀਤੀ, ਜਿਹੜਾ SSP ਨੇ ਬੰਦੇ ਮਾਰੇ ਸਨ, ਅੱਜ ਕੱਲ ਹੌਲਦਾਰ ਨੂੰ ਕੋਈ ਅੰਦਰ ਨਹੀਂ ਕਰ ਸਕਦਾ, ਜਿਹੜੇ SSP ਨੇ ਬੰਦੇ ਮਾਰੇ ਸਨ ਉਹਨਾਂ ਤੇ 302 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਣ ਦਾ ਕੰਮ ਕੀਤਾ। ਹੁਣ SSP ਨੇ ਕਿਹਾ ਕਿ ਮੈਨੂੰ IG ਨੇ ਆਰਡਰ ਦਿੱਤੇ ਸਨ, IG ਨੂੰ ਅੰਦਰ ਭੇਜਣ ਦਾ ਕੰਮ ਕੀਤਾ। ਹੁਣ IG ਦੀ ਪੁੱਛਗਿੱਛ ਹੋਈ ਹੈ, IG ਨੇ ਕਿਹਾ ਦੱਸਿਆ ਨਹੀਂ ਨਾ ਸਾਨੂੰ ਪਤਾ ਵੀ ਕੀ ਕਿਹਾ, ਕਿਉਂਕਿ ਸਿੱਟ ਬਣੀ ਹੋਈ ਹੈ ਸਾਡੇ ਕੋਲ, ਉਹਦੀ ਇਨਫੋਰਮੇਸ਼ਨ ਨਹੀਂ, ਪਰ ਮੈਨੂੰ ਲੱਗਦਾ ਹੈ ਜੋ ਮੇਰਾ ਤਜਰਬਾ ਕਹਿ ਰਿਹਾ ਕਿ IG ਕਹੂਗਾ ਕਿ ਮੈਨੂੰ DGP ਸਮੇਤ ਸੈਣੀ ਨੇ ਕਿਹਾ ਸੀ, ਤੇ ਜਦੋਂ DGP ਸਮੇਤ ਸੈਣੀ ਨੂੰ ਫੜਿਆ ਜਾਏਗਾ ਤੇ ਉਹ ਇਹ ਗੱਲ ਕਹੇਗਾ ਕਿ ਮੈਨੂੰ ਸੁਖਬੀਰ ਸਿੰਘ ਬਾਦਲ ਦੇ ਹੁਕਮ ਸਨ। ਇਸੇ ਕਰਕੇ ਸਰਦਾਰ ਬਾਦਲ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਕਰਾ ਕੇ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ, ਬਾਦਲ ਸਾਹਿਬ ਲੋਕਾਂ ਦੀ ਕਚਹਿਰੀ ਚੋਂ ਤਾਂ ਬਚ ਸਕਦੇ ਹੋ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜਿਹੜੇ ਪੰਗਾ ਲਿਆ ਉਹਦਾ ਮਾੜਾ ਹਾਲ ਹੋਇਆ, ਉਹਦੀਆਂ 10 ਕੁਲਾਂ ਦਾ ਨਾਸ਼ ਹੋ ਗਿਆ। ਸੋ ਮੇਰੇ ਸਤਿਕਾਰਯੋਗ ਭਰਾਓ, ਮੈਂ ਆਪਦੇ ਸਨਮੁੱਖ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਰਜਵਾੜਿਆਂ ਦੇ ਖਿਲਾਫ ਲੜਾਈ ਹੈ, ਕੁਰਮਾ ਪਰਵਰੀ ਦੇ ਖਿਲਾਫ ਲੜਾਈ ਹੈ, ਪਰਿਵਾਰਵਾਦ ਦੇ ਖਿਲਾਫ ਲੜਾਈ ਹੈ, ਆਓ ਇਸ ਹੱਕ ਤੇ ਸੱਚ ਦੀ ਲੜਾਈ ਵਿੱਚ ਤੁਸੀਂ ਇੱਕ ਆਮ ਸਧਾਰਨ ਪਰਿਵਾਰ ਦੇ ਮੁੰਡੇ ਦਾ ਸਾਥ ਦਿਓ। ਮੈਂ ਹਮੇਸ਼ਾ ਤੁਹਾਡੀ ਸੇਵਾ ਕਰਦਾ ਰਹੂੰਗਾ, ਅਗਰ ਬੰਦੇ ਦਾ ਪੁੱਤ ਹੋਇਆ ਤਾਂ ਲੰਬੀ ਵਾਲੇ ਤੁਹਾਡੇ ਜੋੜੇ ਚੜ ਚੜ ਕੇ ਮੈਂ ਤੁਹਾਡੀ ਸੇਵਾ ਕਰੂੰਗਾ, ਜੋੜੇ ਚੜ ਚੜ ਕੇ ਸੇਵਾ ਕਰੂੰਗਾ ਤੁਹਾਡਾ ਸਾਰਿਆਂ ਦਾ ਕੋਟਨ ਕੋਟ।